ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਡੱਲਾ। ਮੁੱਦੇ ਦੀ ਗੱਲ ਵਿੱਚ ਹਰ ਰੋਜ਼ ਕਰੰਟ ਪੋਲੀਟੀਕਲ ਅਫੇਅਰਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਔਰ ਪੈਨਲ ਦੇ ਵਿੱਚ ਸਾਡੇ ਨਾਲ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਰਹਿੰਦੇ ਨੇ। ਪਰ ਅੱਜ ਅਸੀਂ ਪੋਲੀਟੀਕਲ ਰਿਐਕਸ਼ਨ ਜ਼ਰੂਰ ਸੁਣਾਵਾਂਗੇ, ਅੱਜ ਦੇ ਬਿਲਕੁਲ ਤਾਜ਼ਾ ਪੋਲੀਟੀਕਲ ਰਿਐਕਸ਼ਨ ਪੰਜਾਬ ਦੇ ਵਿੱਚ ਕੀ ਹੋਇਆ। ਰਾਹੁਲ ਗਾਂਧੀ ਦੀ ਰੈਲੀ, ਨਰਿੰਦਰ ਮੋਦੀ, ਪ੍ਰਿਯੰਕਾ ਗਾਂਧੀ ਦਾ ਰੋਡ ਸ਼ੋਅ, ਅਰਵਿੰਦ ਕੇਜਰੀਵਾਲ ਦਾ ਪੰਜਾਬ ਦਾ ਦੌਰਾ ਔਰ ਦਿੱਲੀ 'ਚ ਆਮ ਆਦਮੀ ਪਾਰਟੀ ਔਰ ਭਾਜਪਾ ਦੇ ਹੋਰ ਲੀਡਰਾਂ ਦੀ ਆਮਦ, ਸਮ੍ਰਿਤੀ ਇਰਾਨੀ ਸੰਗਰੂਰ ਅੱਜ ਪਹੁੰਚੀ, ਸਾਰੇ ਪੋਲੀਟੀਕਲ ਰਿਐਕਸ਼ਨ ਵੀ ਅਸੀਂ ਸੁਣਾਵਾਂਗੇ। ਪਰ ਇਹਦੇ ਨਾਲ ਨਾਲ ਅੱਜ ਖਾਸ ਗੱਲ ਕਰਾਂਗੇ ਦਿੱਲੀ ਦੇ ਸਿਹਤ ਮੰਤਰੀ, ਹਾਲਾਂਕਿ ਉਹਨਾਂ ਕੋਲ ਹੋਰ ਬਹੁਤ ਸਾਰੇ ਮਹਿਕਮੇ ਨੇ, ਬਿਜਲੀ ਦਾ ਵੀ ਹੈ, ਇੰਡਸਟਰੀ ਦਾ ਮਹਿਕਮਾ ਵੀ ਹੈ, ਅਰਬਨ ਡਿਵੈਲਪਮੈਂਟ ਦਾ ਮਹਿਕਮਾ ਵੀ ਹੈ, ਪਰ ਸਿਹਤ ਮਹਿਕਮੇ ਕਰਕੇ ਔਰ ਐਜੂਕੇਸ਼ਨ ਕਰਕੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਜਾਣੀ ਜਾਂਦੀ ਸੀ। ਸੋ ਸਤਿੰਦਰ ਜੈਨ ਅੱਜ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ। ਜੈਨ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ। ਸੋ ਗੱਲਬਾਤ ਅੱਗੇ ਵਧਾਵਾਂਗੇ, ਪਰ ਪਹਿਲਾਂ ਬਿਲਕੁਲ ਅੱਜ ਦੇ ਬਿਲਕੁਲ ਤਾਜ਼ੇ ਪੋਲੀਟੀਕਲ ਰਿਐਕਸ਼ਨ, ਉਸ ਤੋਂ ਬਾਅਦ ਖਾਸ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਹੋਰਾਂ ਦੇ ਨਾਲ ਕਿ ਦਿੱਲੀ 'ਚ ਜੋ ਕੁਝ ਕੀਤਾ ਆਮ ਆਦਮੀ ਪਾਰਟੀ ਨੇ, ਕਿ ਉਹਦੇ ਆਧਾਰ ਦੇ ਉੱਪਰ ਇਸ ਵਾਰ ਪੰਜਾਬ 'ਚ ਵੋਟਾਂ ਮਿਲਣਗੀਆਂ ਜਾਂ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੇ ਨਾਲ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵੀ ਕਰ ਰਹੀ। ਜਿਸਕੋ ਮਰਜ਼ੀ ਲਾ ਲੇ ਜਾਂ ਗੁੱਗੀ ਗਟਾਰੋਂ ਕੀ ਕੋਈ ਬਾਤ ਨਹੀਂ, ਯਹਾਂ ਬਾਜ ਹੈ ਹਮਾਰੇ, ਠੀਕ ਹੈ ਨਾ। ਵਹੀ ਗੁਰਪ੍ਰੀਤ ਸਿੰਘ ਗੁੱਗੀ ਬਟਾਲਾ ਸੇ ਲੜ ਰਹਾ ਥਾ, ਤੋ ਮੈਂ ਜਲਾਲਾਬਾਦ ਸੇ ਲੜ ਰਹਾ ਥਾ, ਮੈਂ ਉਸਕੀ ਰੈਲੀ ਕਰਨੇ ਗਿਆ ਥਾ। ਤੋ ਅਬ ਉਸਕੇ ਬਾਅਦ ਜਬ ਪ੍ਰਧਾਨਗੀ ਸੇ ਵੋ ਐਸਲ ਮੇਂ ਡੈਪੂਟੇਸ਼ਨ ਪੇ ਆਏ ਹੋਏ ਇਨਕਲਾਬੀ ਹੈ, ਡੈਪੂਟੇਸ਼ਨ ਪੇ ਆਏ ਹੋਏ ਇਨਕਲਾਬੀਆਂ ਦੀ ਮਿਆਦ ਪੁੱਗੀ। ਪਹਿਲਾਂ ਘੁੱਗੀ ਤੋਂ ਵੜੈਚ ਬਣਿਆ, ਹੁਣ ਵੜੈਚ ਤੋਂ ਫਿਰ ਘੁੱਗੀ। ਮੈਨੂੰ ਕਹਿ ਕੇ ਗਿਆ, ਕਹਿੰਦਾ ਮੈਂ ਸ਼ਰਾਬੀ ਪ੍ਰਧਾਨ ਦੇ ਥੱਲੇ ਕੰਮ ਨਹੀਂ ਕਰ ਸਕਦਾ। ਹੁਣ ਕਾਂਗਰਸ ਵਾਸਤੇ ਆਇਆ, ਇਹ ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਢਿੱਲੋਂ ਮੈਂਗੋ ਸ਼ੇਕ ਪੀਂਦੇ ਆ। ਨਹੀਂ, ਜਿਹਦਾ ਬੰਦੇ ਦਾ ਆਪਣਾ ਵਿਜ਼ਨ ਨਹੀਂ ਹੈ, ਜਿਹੜਾ ਬੰਦਾ ਆਪ ਬਹੁਤ ਜ਼ਿਆਦਾ ਹੋਸ਼ੋ ਹਵਾਸ 'ਚ ਨਹੀਂ ਰਹਿੰਦਾ, ਉਹ ਕਦੀ ਆਪਣੇ ਇਲਾਕੇ ਲਈ ਕੁਛ ਨਹੀਂ ਕਰ ਸਕਦਾ। ਦੇਖੋ ਜੀ, ਬਹੁਤ ਖੁਸ਼ੀ ਹੁੰਦੀ ਜੇ ਉਹ ਅੱਗੇ ਪਿੱਛੇ ਵੀ ਦੌਰੇ 'ਤੇ ਆਉਂਦੇ। ਜਦੋਂ ਅੱਗੇ ਪਿੱਛੇ ਪਤਾ ਨਹੀਂ ਉਹਨਾਂ ਨੂੰ ਕੀ ਦੌਰਾ ਪੈ ਜਾਂਦਾ, ਜਦੋਂ ਪੰਜਾਬ ਨੂੰ ਲੋੜ ਹੁੰਦੀ ਉਦੋਂ ਉਹਨਾਂ ਨੂੰ ਦੌਰਾ ਪੈ ਜਾਂਦਾ। ਅਤੇ ਜਦੋਂ ਹੁਣ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਦੋ ਕੁ ਦਿਨ ਸ਼ਕਲ ਦਿਖਾਉਣੀ ਹੁੰਦੀ, ਉਦੋਂ ਫਿਰ ਉਹ ਦੌਰੇ 'ਤੇ ਆ ਜਾਂਦੇ ਨੇ, ਪਰ ਉਹ ਦੌਰੇ ਮੈਨੇ ਨਹੀਂ ਰਖਾਉਂਦੇ। ਅੱਜ ਲੋਕਾਂ ਨੇ ਬੜਾ ਸਖਤ ਵਿਰੋਧ ਕੀਤਾ ਉਹਨਾਂ ਦੇ ਇੱਥੇ ਆਉਣ ਦਾ, ਔਰ ਉਹ ਪੰਜਾਬ ਦੇ ਵਿੱਚ 4 MP ਪਿਛਲੀ ਵਾਰ ਲੋਕਾਂ ਨੇ ਜਿਤਾ ਕੇ ਭੇਜੇ ਸੀ। ਕੇਜਰੀਵਾਲ ਨੇ ਬਹੁਤ ਵੱਡਾ ਧੋਖਾ ਕੀਤਾ। ਔਰ ਦੂਸਰਾ, ਲੋਕ ਇਹ ਵੀ ਕਹਿ ਰਹੇ ਹੈ ਕਿ ਰਾਜਾ ਕੈਪਟਨ ਸਾਹਿਬ ਨੇ ਔਰ ਬਾਦਲੋਂ ਨੇ ਸੈਟਿੰਗ ਰੱਖੀ ਹੈ। ਕੈਪਟਨ ਸਾਹਿਬ ਕਹਤੇ ਹੈ ਤੂੰ ਮੇਰੀ ਬੀਵੀ ਕੋ ਜਿਤਾ ਦੇ ਪਟਿਆਲਾ ਸੇ ਔਰ ਮੈਂ ਬਠਿੰਡਾ ਸੇ ਤੇਰੀ ਬੀਵੀ ਕੋ ਜਿਤਾ ਦੂੰਗਾ। ਤੋ ਲੋਕ ਇਸ ਸੈਟਿੰਗ ਕੋ ਤੋੜੇਂਗੇ, ਦੋਨੋ ਕੀ ਬੀਵੀਓ ਕੋ ਟਾਟਾ ਬਾਏ ਬਾਏ ਔਰ ਇੱਕ ਆਮ ਆਦਮੀ ਜੀਤੇਗਾ। ਸਰ, ਮੈਂ ਅਬੋਹਰ ਜਦੋਂ ਆਇਆ, ਅਬੋਹਰ ਦੇ ਪਿੰਡਾਂ 'ਚ ਗਿਆ, ਅਬੋਹਰ ਦੇ ਸ਼ਹਿਰ ਵਾਲਿਆਂ ਨੂੰ ਮਿਲਿਆ, ਲੋਕਾਂ ਵਿੱਚ ਇੱਕ ਦਹਿਸ਼ਤ ਦਾ ਮਾਹੌਲ। ਮੈਂ ਕਿਹਾ ਕੀ ਦਹਿਸ਼ਤ ਦਾ ਮਾਹੌਲ ਹੈ? ਕਹਿੰਦੇ ਜਾਖੜ ਨੇ ਝੂਠੇ ਪਰਚੇ ਇੰਨੇ ਕਰਾ ਦਿੱਤੇ, 9-9 ਸਾਲ ਦੇ ਬੱਚਿਆਂ ਦਾ ਕਤਲ ਦਾ ਪਰਚਾ ਕਰਾ ਦਿੱਤਾ, 307 ਦੇ ਪਰਚੇ, ਬਜ਼ੁਰਗਾਂ ਦੇ ਪਰਚੇ, ਮਾਤਾ ਦੇ ਪਰਚੇ, ਕਈ ਪਰਿਵਾਰਾਂ ਨੂੰ ਘਰੋਂ ਬੇਦਖਲ ਕਰਾ ਦਿੱਤਾ ਜਾਖੜ ਨੇ। ਮੋਦੀ ਜੀ ਨੇ ਹਮੇ ਰੋਜ਼ਗਾਰ ਦਿਆ ਥਾ ਪਕੌੜੇ ਕਾ, ਆਜ ਮੋਦੀ ਜੀ ਕੀ ਰੈਲੀ ਮੇਂ ਹਮ ਪਕੌੜੇ ਬੇਚਨੇ ਆਏ ਹੈ, ਤਾਕਿ ਮੋਦੀ ਜੀ ਕੋ ਪਤਾ ਲਗੇ ਕਿ ਪਕੌੜੇ ਬੇਚਣਾ ਕਿਤਨਾ ਉੱਤਮ ਔਰ ਮਹਾਨ ਕਾਮ ਹੈ। ਇੱਕ ਪੜ੍ਹੇ ਲਿਖੇ ਇਨਸਾਨ ਔਰ ਪੜ੍ਹੇ ਲਿਖੇ ਵਿਅਕਤੀ, ਰੋਜ਼ਗਾਰ, ਨੌਜਵਾਨ ਯੁਵਾ ਕੇ ਲਈ ਇਤਨਾ ਬੜਾ ਕਾਮ ਹੈ। ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਕੇ ਵੋ ਕਰਮਠ ਕਾਰਜਕਰਤਾ ਹੈ ਜੋ ਭਾਰਤ ਮਾਂ ਕਾ ਜੈਗਾਨ ਕਰਤੇ ਹੈ, ਔਰ ਦੂਸਰੀ ਔਰ ਵੋ ਲੋਕ ਖੜੇ ਹੈ ਜੋ ਭਾਰਤ ਕੇ ਟੁਕੜੇ ਕਰਨੇ ਕੀ ਕਲਪਨਾ ਰੱਖਤੇ ਹੈ, ਜੋ ਆਪਕੇ ਧਰਮ ਕਾ ਅਪਮਾਨ ਹੁਆ ਥਾ ਔਰ ਜਿਨ੍ਹੋਂ ਨੇ ਗਲਤ ਕਾਮ ਕੀਆ ਹੈ
उनके खिलाफ कार्रवाई होगी, सख्त कार्रवाई होगी, ये गारंटी मैं आपको दे रहा हूं। सो सतेंद्र जैन साढ़े नाल मौजूद ने, तुसी सारे पोलिटिकल रिएक्शन सुने, हुण गल सीधी मुद्दे की करांगे। जैन साहब, हुण आम आदमी पार्टी नूं पार्लीमेंट च की उम्मीद है, दिल्ली च किन्नी उम्मीद है, पंजाब च किन्नी उम्मीद है? देखिए, दिल्ली के अंदर वोटिंग हो चुकी है और दिल्ली के अंदर हमें आशा है कि 3 से 4 सीटें तो हम क्लियर जीत रहे हैं सत्ता चो, हाँ, 7 में से, और बाकी जो सीटें हैं उनके ऊपर हमारी टक्कर है। तो टक्कर की दिन है, मोदी साहब नाला या कांग्रेस नाला? नहीं, कांग्रेस के साथ कहीं भी नहीं है। जैसे हम 4 सीटें जीत रहे हैं तो वहाँ तो हम जीत ही रहे हैं, बाकी जो बची हुई सीटें उसमें हमारी बीजेपी के साथ टक्कर है। और कांग्रेस तो मुझे लगता है इस बारी सबको ही पता है, कांग्रेस चाहती है कि किसी तरह से बीजेपी जीत जाए। जी चलो, इस तुसी बड़ी इंटरेस्टिंग गल कीती, इहदे ते वी गल करांगे वी की सचमुच कांग्रेस चाह सकती है कि बीजेपी जीत जाए। पंजाब च की उम्मीद है, भगवंत मान तो अलावा किसी सीट की उम्मीद है? नहीं, देखिएगा, हमारे को पंजाब के अंदर पूरी आशा है, लोगों को जितना अच्छा रिस्पांस दे रहे हैं, मुख्यमंत्री जी पिछले कई दिनों से पंजाब के अंदर कैंपेन कर रहे हैं, तो कैंपेन का रिस्पांस बहुत ही अच्छा है और आपको आश्चर्यजनक नतीजे मिलेंगे। पिछली बार भी लोग हमें तो काउंट ही नहीं कर रहे थे, इस बार भी काउंट नहीं कर रहे हैं, तो मुझे लगता है पंजाब के लोग उनको जवाब देंगे, और जैसे पिछली बार 4 सीटें मिली थी, इस बार 4 से ज़्यादा देंगे। पिछली बार जो 4 सीटें आई हैं उस वक्त अरविंद केजरीवाल की लहर सी, हालांकि उदो मोदी की भी लहर सी, पर पंजाब च अरविंद केजरीवाल की लहर सी, पर जैसा साहब इस बार लहर किसी की नहीं, मोदी की भी नहीं, अरविंद केजरीवाल की नहीं। देखिएगा, लहर तो तब बनी जब कांग्रेस की भी नहीं, लहर किसी की नहीं, नहीं, 2014 में लहर का पता तब का लगा था जब 4 सीटें आ गई थी, उससे पहले किसी ने नहीं बोला था। कोई आप न्यूज क्लिपिंग दिखा दीजिए, कोई अखबार नहीं, 2014 के पार्लियामेंट के इलेक्शन में 3-4 सीटों की उम्मीद थी आम आदमी पार्टी जी? नहीं, चलो मैं बोल देता हूँ, मैंने कई बार रेडियो बुलेटिन में, मेरे रिकॉर्डिंग्स हैं, मैंने इस बात का अंदाजा लगाया था रेडियो बुलेटिन में कि 4 सीटें आम आदमी पार्टी ले जाएगी। चलो ये पुरानी बात है 2014 से पहले की। हुण आम आदमी पार्टी ये महसूस होंदा है कि जे साडी पार्टी संगठित रहिंदी, सुखपाल खहरा ना छड़दे, घुग्गी साहब ना छड़दे, नहीं मुझे पता, पंजाब च डॉक्टर धर्मवीर गांधी ना वखरे होंदे, ਅਤੇ ਅੱਜ ਆਮ ਆਦਮੀ ਪਾਰਟੀ 4 ਦੀ ਬਜਾਏ 7 ਜਾਂ 8 ਸੀਟਾਂ ਵੱਲ ਵੱਧ ਸਕਦੀ ਸੀ। ਆਮ ਆਦਮੀ ਪਾਰਟੀ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਗਰ ਇਹ ਸਾਰੇ ਲੋਕ ਨਾ ਜਾਂਦੇ ਤਾਂ ਅਸੀਂ ਬਹੁਤ ਵੱਡੀ ਤਾਕਤ ਸੀ ਪੰਜਾਬ 'ਚ। ਦੇਖੀਏ ਕਿਆ ਹੁੰਦਾ, ਇਹ ਚਰਨਿੰਗ ਦਾ ਪ੍ਰੋਸੈਸ ਹੈ। ਹਮਨੇ ਵਿਧਾਨ ਸਭਾ ਕਾ ਇਲੈਕਸ਼ਨ ਲੜਾ, ਵਿਧਾਨ ਸਭਾ ਇਲੈਕਸ਼ਨ ਲੜਨੇ ਕੇ ਅੰਦਰ ਇਹ ਹੁਆ ਕਿ ਸਰਕਾਰ ਬਣੇਗੀ, ਬਹੁਤ ਸਾਰੇ ਲੋਕ ਹਮਸੇ ਜੁੜੇ, ਬਹੁਤ ਸਾਰੇ ਲੋਕ ਜੁੜੇ, ਸਭ ਕੋ ਆਸ਼ਾ ਥੀ ਕਿ ਸਰਕਾਰ ਬਣੇਗੀ। ਅਬ ਵੋ ਸਰਕਾਰ ਨਹੀਂ ਬਣੀ ਤੋ ਉਨਕੇ ਲੀਏ ਸਾਥ ਰਹਿ ਪਾਉਣਾ ਬੜਾ ਮੁਸ਼ਕਿਲ ਥਾ। तो हमें तो लगता है कई बार ये अच्छा भी हुआ कि भाई जिनको सिर्फ सत्ता का ही था कि सत्ता ही मिले, सत्ता के साथ ही जुड़ेंगे। आप ये देखिएगा ना, एक पार्टी पहली बारी विधानसभा इलेक्शन लड़ रही है, पहली बारी में लीडर ऑफ अपोजिशन बन गया, मेन अपोजिशन पार्टी बन गई, ये क्या कम है? संघर्ष करने के बाद ही आगे आप पढ़ सकते हैं, संघर्ष के लिए हम तैयार हैं। और जिन लोगों को संघर्ष की आदत में, हमने कितना बड़ा आंदोलन चलाया था दिल्ली के अंदर, जो आंदोलन चला 1 साल से ज़्यादा चला, उसके अंदर पूरी दिन और रात लगा दी, जिन्होंने संघर्ष नहीं किया उन लोगों के लिए बिना सत्ता के रह पाना बड़ा मुश्किल था। और मुझे लगता है कि ये थोड़ा सा चर्निंग हो रही है, जो लोग, मुझे लगता है कि दिल से जनता चाहती है ना, हम तो कुछ भी नहीं थे, आज भी कुछ नहीं है, जनता चाहती है तो जनता वोट देती है, जनता नहीं चाहती तो नहीं देती है, जनता की आवाज़ है। और एक बात तो माननी पड़ेगी ना, जनता के आम आदमी हम लोग हैं, आम आदमी जैसे हैं और आम आदमी को ही पसंद करते हैं। अभी मैं एक मीटिंग में था जी, हमारी जगराव की MLA मैडम जी साथ में थी, मतलब जब मैं उनके प्रचार करने गया था तब भी वो बिल्कुल सिंपल वैसी थी, आज भी वैसी हैं। एक टीचर थी स्कूल के अंदर, लोगों ने पसंद किया, सिंपल आदमी को पसंद किया। हाँ, मुझे कई बार ऐसा लगता है कि नेताओं को थोड़ा कम पसंद करती है जनता जी, और ये चीज़ हम सीख रहे हैं बिल्कुल धीरे धीरे। NRI का हल्का जगराव,
ਸਭ ਤੋਂ ਜ਼ਿਆਦਾ ਐਨ ਆਰ ਆਈਜ਼ ਨੇ ਜਿਹੜੇ ਉਹ ਜਦੋਂ ਅਸੀਂ ਗੱਲ ਮਾਲਵਾ ਦੀ ਕਰਦੇ ਹਾਂ ਤਾਂ ਮਾਲਵਾ ਦੇ ਸਭ ਤੋਂ ਜ਼ਿਆਦਾ ਐਨ ਆਰ ਆਈ ਜਗਰਾਓਂ 'ਚ ਨੇ, ਮੋਗਾ ਵੀ ਬਿਲਕੁਲ ਐਨ ਆਰ ਆਈਜ਼ ਦੀ ਗੜ੍ਹ ਹੈ। ਔਰ ਸਾਡਾ ਚੈਨਲ ਹੈ ਜਿਹੜਾ ਜੈਨ ਸਾਹਿਬ, ਖਾਸ ਤੌਰ 'ਤੇ ਦੁਨੀਆ ਦੇ ਸਾਰੇ ਮੁਲਕਾਂ ਦੇ ਵਿੱਚ ਹੀ ਬਹੁਤ ਵੱਡੀ ਗਿਣਤੀ 'ਚ ਐਨ ਆਰ ਆਈ ਨੇ ਜਿਹੜੇ ਇਸ ਚੈਨਲ ਨੂੰ ਦੇਖਦੇ ਨੇ। ਔਰ ਅਸੀਂ ਪ੍ਰਮੁੱਖ ਤੌਰ ਦੇ ਉੱਤੇ ਸਾਡਾ ਮੁੱਦੇ ਦੀ ਗੱਲ ਸ਼ੋਅ ਹੈ ਜਿਹੜਾ, ਇਹਨੂੰ ਦੁਨੀਆ ਭਰ 'ਚ ਲੋਕ ਪਸੰਦ ਵੀ ਕਰਦੇ ਨੇ ਕਿਉਂਕਿ ਬੜੀ ਨਿਰਪੱਖਤਾ ਦੇ ਨਾਲ ਗੱਲ ਕਰਦੇ ਹਾਂ। ਮੈਂ ਇਸ ਵੱਲ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿਉਂਕਿ ਤੁਸੀਂ ਕੇਜਰੀਵਾਲ ਦੇ ਬਹੁਤ ਨੇੜੇ ਹੋ। ਕੇਜਰੀਵਾਲ ਸਾਹਿਬ ਇਹ ਮਹਿਸੂਸ ਕਰਦੇ ਨੇ ਕਿ ਪੰਜਾਬ ਦੇ ਸੁਪਨੇ ਮੇਰੇ ਤੋਂ ਪੂਰੇ ਨਹੀਂ ਹੋਏ, ਭਾਵੇਂ ਉਹ ਮੈਂ ਪਾਰਟੀ ਨਹੀਂ ਇਕੱਠਾ ਰੱਖ ਸਕਿਆ ਜਾਂ ਮੈਂ ਪੰਜਾਬ ਨੂੰ ਵਕਤ ਨਹੀਂ ਦੇ ਸਕਿਆ। ਐਨ ਆਰ ਆਈ ਕੁਝ ਨਾਰਾਜ਼ ਨੇ, ਉਹ ਇਸ ਕਰਕੇ ਨਾਰਾਜ਼ ਨੇ ਕਿ ਕੇਜਰੀਵਾਲ ਤੋਂ ਜੋ ਉਮੀਦ ਸੀ ਉਸ ਦਿਸ਼ਾ 'ਚ ਕੇਜਰੀਵਾਲ ਵਧੇ ਨੇ। ਕਾਰਨ ਕੀ ਰਹੇ, ਕੇਜਰੀਵਾਲ ਦਿੱਲੀ 'ਚ ਰੁੱਝ ਗਏ ਜਾਂ ਪੰਜਾਬ ਦੇ ਲੀਡਰ ਧੋਖਾ ਦੇ ਗਏ? ਦੇਖੀਏ, ਪੰਜਾਬ ਕੇ ਅੰਦਰ ਬਹੁਤ ਸਾਰੀ ਸਮੱਸਿਆਵਾਂ ਪੈਦਾ ਹੋਈ। ਮੈਨੇ ਜੈਸੇ ਅਭੀ ਆਪਕੋ ਥੋੜੀ ਦੇਰ ਪਹਿਲੇ ਬਤਾਇਆ, ਕੁਛ ਲੋਗੋ ਕੀ ਮਹੱਤਵਾਕਾਂਕਸ਼ਾ ਥੀ ਸੀਐਮ ਬਣਨਾ ਚਾਹਤੇ ਥੇ, ਬਹੁਤ ਸਾਰੇ ਲੋਕ। ਕੁਛ ਲੋਕ ਥੋੜੇ ਕਮ ਮਹੱਤਵਾਕਾਂਕਸ਼ੀ ਥੇ, ਮੰਤਰੀ ਬਣਨਾ ਚਾਹਤੇ ਥੇ। ਕੋਈ ਐੱਮ ਐੱਲ ਏ ਵੀ ਨਹੀਂ ਬਣਾ, ਐੱਮ ਐੱਲ ਏ ਬਣ ਗਏ ਤੋ ਕਹਤੇ ਅਬ ਤੋ ਮੰਤਰੀ ਨਹੀਂ ਬਣੇ, ਹਮ ਮੁੱਖ ਮੰਤਰੀ ਨਹੀਂ ਬਣੇ। ਤੋ ਵੋ ਮਹੱਤਵਾਕਾਂਕਸ਼ਾ ਪੂਰੀ ਨਹੀਂ ਹੋ ਪਾਈ। ਔਰ ਇਹ ਦੇਖੋ, ਅਰਵਿੰਦ ਕੇਜਰੀਵਾਲ ਜੀ ਤੋ ਸਾਫ ਕਹਤੇ ਹੈ, ਜਿਸਨੇ ਇਸ ਪਾਰਟੀ ਕੇ ਅੰਦਰ ਕੁਛ ਪਾਨਾ ਹੈ ਤੋ ਛੋੜ ਦੋ, ਪਹਿਲੀ ਮਤ ਆਓ। ਔਰ ਇਸ ਵਜ੍ਹਾ ਸੇ ਇਤਨੀ ਸਾਫ ਗੋਈ ਸੇ ਬੋਲਤੇ ਬਹੁਤ ਸਾਰੇ ਲੋਕ ਨਾਰਾਜ਼ ਹੋ ਜਾਤੇ ਹੈ। ਉਹ ਸਾਫ ਕਹਿ ਦੇਤੇ ਹੈ, ਯਾਰ ਤੁਮੇ ਅਗਰ ਪਦ ਚਾਹੀਏ ਨਾ ਤੋ ਆਓ ਹੀ ਮਤ, ਅਗਰ ਤੁਮੇ ਲੱਗਤਾ ਹੈ ਕਿ ਤੁਮੇ ਕਹਤੇ ਹੈ ਪ੍ਰਧਾਨ ਮੰਤਰੀ ਬਣਨਾ ਹੈ ਤੋ ਇਸ ਪਾਰਟੀ ਮੇਂ ਆ ਕੇ ਕਿਆ ਕਰੋਗੇ, ਮੁੱਖ ਮੰਤਰੀ ਬਣਨਾ ਇਸ ਪਾਰਟੀ ਮੇਂ ਆ ਕੇ ਕਿਆ? ਜਾਂ ਤੋ ਸਾਰੀ ਜ਼ਿੰਦਗੀ ਇੱਕ ਲੜਾਈ ਹੈ, ਇਸ ਲੜਾਈ ਕੋ ਲੜਨੇ ਕੇ ਲਈ ਤਿਆਰ ਹੋ ਤੋ ਅੱਛਾ ਹੈ। ਕਈ ਸਾਰੇ ਲੋਕ ਆਏ ਉਸ ਟਾਈਮ ਪੇ, ਕਹਾ ਕਿ ਨਹੀਂ ਨਹੀਂ ਹਮ ਲੜਨੇ ਕੋ ਤਿਆਰ ਹੈ, ਹਮ ਲੜੇਂਗੇ, ਪਰੰਤੂ ਜਬ ਸਰਕਾਰ ਨਹੀਂ ਬਣੀ ਤੋ ਉਨਕੀ ਲੜਾਈ ਖਤਮ ਹੋ ਗਈ। ਉਸ ਕੀ ਵਜ੍ਹਾ ਸੇ ਬੜਾ ਸੈਟਬੈਕ ਲਗਾ, ਉਨਕੀ ਆਪਸੀ ਜੋ ਆਪਸ ਕੇ ਅੰਦਰ ਜੋ ਲੜਾਈਆਂ ਥੀ ਜਾਂ ਜੋ ਵੀ ਥੀ ਉਸਕੀ ਵਜ੍ਹਾ ਸੇ ਕਾਫੀ ਸਾਰੀ ਦਿੱਕਤਾਂ ਆਈਂ। ਪਰ ਅਬ ਪੰਜਾਬ ਕੇ ਅੰਦਰ ਪਿਛਲੇ 6-8 ਮਹੀਨੇ ਸੇ ਮੁਝੇ ਲਗਤਾ ਚੀਜ਼ੇ ਬਿਲਕੁਲ ਸੈਟਲ ਹੋ ਚੁੱਕੀ ਹੈ, ਬਿਲਕੁਲ ਠੀਕ ਹੋ ਗਈ ਹੈ, ਉਹ ਸਹੀ ਡਾਇਰੈਕਸ਼ਨ ਮੇਂ ਪੜ੍ਹ ਰਹੇ ਹੈ। ਆਪਕੋ ਆਸ਼ਚਰਿਆ ਹੋਗਾ ਕਿ ਜੈਸੇ ਹਮ ਗਾਓਂ ਗਾਓਂ ਜਾ ਰਹੇ ਹੈਂ, ਅਬ ਕੱਲ੍ਹ ਕੀ ਅਰਵਿੰਦ ਕੇਜਰੀਵਾਲ ਜੀ ਕੀ ਰੈਲੀ ਦੇਖੀਗਾ, ਇੱਕ ਛੋਟੇ ਜਿਹੇ ਗਾਓਂ ਮੇਂ ਗਏ ਜਿਸ ਗਾਓਂ ਕੀ ਆਬਾਦੀ 7,500, 5,000 ਸੇ ਜ਼ਿਆਦਾ ਲੋਕ ਅਰਵਿੰਦ ਕੇਜਰੀਵਾਲ ਜੀ ਕੀ ਰੈਲੀ ਮੇਂ ਆਏ ਇੱਕ ਗਾਓਂ ਕੇ ਅੰਦਰ। ਤੋ ਇਸ ਕਾਰਨ ਦਿਲ ਸੇ ਤੋ ਲੋਕ ਪ੍ਰੇਮ ਕਰਤੇ ਹੈਂ। ਔਰ ਜਿਸ ਤਰ੍ਹਾਂ ਕੇ ਸੈਟਬੈਕ ਲਗੇ, ਦੇਖੋ ਦਿਲ ਤੋ ਸਭ ਕਾ ਹੋਤਾ ਹੀ ਹੈ, ਜਬ ਜਿਤਨੇ ਲੋਕ ਹਮਾਰੇ ਵਿਦੇਸ਼ ਮੇਂ ਵੀ ਬੈਠੇ ਹਮਾਰੇ ਸਾਥੀ, ਪੰਜਾਬ ਕੀ ਸਰਕਾਰ ਨਹੀਂ ਬਣੀ, ਸਭ ਕੋ ਸ਼ੌਕ ਲਗਾ, ਸ਼ੌਕ ਲਗਾ, ਦਰਦ ਹੁਆ, ਦੁੱਖ ਹੁਆ ਕਿ ਸਭ ਕੋ ਲਗਾ ਬਣੇਗੀ ਸਰਕਾਰ। ਤੋ ਉਸਕੋ ਸਮਝ ਪਾਣੇ ਮੇਂ, ਉਸਕੋ ਆਪਣੇ ਮਨ ਮੇਂ ਮਾਨ ਪਾਣੇ ਮੇਂ ਸਮੇਂ ਲਗਾ। ਬਿਲਕੁਲ, ਚਲੋ ਅਸੀਂ ਸਿੱਧੇ ਰੂਬਰੂ ਸਤਿੰਦਰ ਜੈਨ ਜੀ ਨੂੰ ਤੁਹਾਡੇ ਨਾਲ ਕਰਾ ਰਹੇ ਹਾਂ। ਜੈਨ ਸਾਹਿਬ, ਐਨ ਆਰ ਆਈ ਬਹੁਤ ਸਾਰੇ ਗਿਲਾ ਇਸ ਗੱਲ ਦਾ ਕਰਦੀ ਹੈ ਕਿ ਸੁਖਪਾਲ ਖਹਿਰਾ ਦੇ ਨਾਲ ਕਿਉਂ ਨਹੀਂ ਬਣੀ ਕੇਜਰੀਵਾਲ ਦੀ, ਹੁਣ ਇੱਥੇ ਕੀ ਈਗੋ ਪ੍ਰੋਬਲਮ ਰਹੀ ਦੋਨਾਂ 'ਚ, ਸੁਖਪਾਲ ਖਹਿਰਾ ਦੀ ਅਤੇ ਕੇਜਰੀਵਾਲ ਸਾਹਿਬ ਦਾ? ਆਪਸ 'ਚ ਕੋਈ ਈਗੋ ਦੀ ਪ੍ਰੋਬਲਮ ਸੀ ਜਾਂ ਮਿਲਦੇ ਨਹੀਂ ਸੀ ਦੋਵੇਂ ਲੀਡਰ ਇੱਕ ਦੂਸਰੇ ਨੂੰ? ਇਹਨਾਂ ਦੇ ਵੱਖ ਹੋਣ ਦਾ ਤੁਹਾਡੇ ਨਜ਼ਰ 'ਚ ਕੀ ਕਾਰਨ ਹੋ ਸਕਦਾ? ਨਹੀਂ, ਮੈਨੇ ਆਪਣੇ ਕੋਲ ਫਿਰ ਦੁਬਾਰਾ ਸੇ ਬਤਾਤਾ ਹੂੰ, ਓਵਰ ਐਂਬੀਸ਼ਨ। ਸੁਖਪਾਲ ਖਹਿਰਾ ਕੋ ਹਮਨੇ ਲੀਡਰ ਆਫ ਓਪੋਜੀਸ਼ਨ ਬਣਾ ਦਿਆ, ਇਸ ਜ਼ਿਆਦਾ ਕੁਛ ਹੋ ਨਹੀਂ ਸਕਤਾ ਥਾ, ਸਰਕਾਰ ਤੋ ਹਮਾਰੀ ਥੀ ਨਹੀਂ, ਮੁੱਖ ਮੰਤਰੀ ਬਣਾ ਨਹੀਂ ਸਕਤੇ ਥੇ। ਤੋ ਅਗਰ ਉਨਕੋ ਉਸਸੇ ਸੈਟਿਸਫੈਕਸ਼ਨ ਨਹੀਂ ਹੁਆ ਤੋ ਵੋ ਬੜਾ ਦੁਰਭਾਗਯਪੂਰਨ ਹੈ। ਚਲੋ, ਅਗਰ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਕਦੀ ਇਹ ਸੰਭਾਵਨਾ ਬਣਦੀ ਹੈ ਕਿ ਜਿੰਨੇ ਲੀਡਰ ਤੁਹਾਡੇ ਨਾਰਾਜ਼ ਹੋ ਕੇ ਗਏ ਨੇ ਆਮ ਆਦਮੀ ਪਾਰਟੀ 'ਚ, ਕੋਈ ਦੁਬਾਰਾ ਸਾਂਝ ਬਣਦੀ ਹੈ ਜਾਂ ਤੁਸੀਂ ਸਾਰੇ ਇਕੱਠੇ ਹੋ ਜਾਂਦੇ ਹੋ, ਸੋਚਿਆ ਜਾ ਸਕਦਾ ਆਮ ਆਦਮੀ ਪਾਰਟੀ ਵੱਲੋਂ ਜਾਂ ਤੁਸੀਂ ਪੱਥਰ 'ਤੇ ਲਕੀਰ ਲਾ ਲਈ ਜਿਹੜੇ ਲੋਕ ਚਲੇ ਗਏ ਉਹ ਮੁੜ ਕੇ ਨਹੀਂ ਆਉਣਗੇ? ਨਹੀਂ, ਦੇਖੀਏਗਾ, ਮੁਝੇ ਐਸਾ ਲੱਗਦਾ ਹੈ ਕਿ ਉਸਮੇਂ ਵੀ ਕੋਈ ਐਸਾ ਨਹੀਂ ਹੈ ਕਿ ਵੀ ਕੋਈ ਵਾਪਸ ਨਹੀਂ ਆ ਸਕਦਾ ਜਾਂ ਨਹੀਂ ਹੋ ਸਕਦਾ। ਪਰ ਜਨਤਾ ਸੇ ਜੋ ਫੀਡਬੈਕ ਆ ਰਿਹਾ ਨਾ, ਜਨਤਾ ਕਾ ਫੀਡਬੈਕ ਹੈ ਕਿ ਜੀ ਆਪ ਲੋਕ ਨੇਤਾਓ ਕੇ ਚੱਕਰੋਂ ਮੇਂ ਜ਼ਿਆਦਾ ਮਤ ਪੜੋ ਜੀ। ਹਮ ਲੋਕੋ ਸੇ ਬਾਤਚੀਤ ਕਰ ਰਹੇ ਹਨ, ਲੋਕ ਕਹਿੰਦੇ ਯਾਰ ਨੇਤਾ ਕੀ ਜ਼ਰੂਰਤ ਕਿਆ ਹੈ ਹਮਾਰੇ ਕੋ, ਨੇਤਾ ਤੋ ਬੀਜੇਪੀ ਮੇਂ, ਕਾਂਗਰਸ ਮੇਂ, ਅਕਾਲੀਓ ਮੇਂ, ਪਾਰਟੀਓ ਮੇਂ ਨੇਤਾ ਭਰੇ ਪੜੇ ਹੈ, ਨੇਤਾ ਤੋ ਵਹਾਂ ਵੀ ਬਹੁਤ ਚੁਣ ਲੇਂਗੇ ਹਮ। ਕਹਿੰਦੇ ਹਮੇਂ ਤੋ ਆਮ ਆਦਮੀ ਦੇਖਣੇ ਹੈ ਭਾਈ, ਆਪਣੇ ਜੈਸੇ ਲੋਕ ਚਾਹੀਏ ਆਪਕੋ। ਮੈਂ ਆਪਕਾ ਕਿੱਸਾ ਬਤਾ ਤੋ, ਮੈਂ ਪੰਜਾਬ ਜੈਸੇ ਆ ਰਹਾ ਥਾ, ਹਮਾਰੇ ਕੋ ਟੋਲ ਪਲਾਜ਼ਾ ਪੇ ਰੋਕ ਲਿਆ,
तो ड्राइवर ने बोला कि मंत्री जी बैठे हैं। कहते ऐसे होते हैं मंत्री, पायलट गाड़ी कहाँ है, पुलिस वाले कहाँ हैं, बेवकूफ़ समझता है हमारे को। तो अब इस बात की लोगों को खुशी होती है कि हाँ मंत्री को रोका, अच्छी बात है, यही तो चाहते थे। अच्छा एक बात बताइएगा, लोग किससे बताते हैं कि ब्रिटेन का प्रधानमंत्री जाइए मैकडोनल्ड में चला गया, मेट्रो में चला गया, हिंदुस्तान में क्यों नहीं हो सकता ऐसा? अरे ये दिल्ली में करके दिखाया ना हमने, दिल्ली के मंत्री बिना किसी सुरक्षा के सब जगह घूमते हैं, कोई दिक्कत नहीं है। किसी से मिलना हो अगर आपको, किसी अपॉइंटमेंट की जरूरत तो नहीं है, सुबह 10 बजे मंडे से फ्राइडे तक आप जाके किसी भी मंत्री से मिल सकते, मुख्यमंत्री से मिल सकते, सारे मंत्री दफ्तर बैठते हैं, घर पे मिलते हैं सुबह जी, सुबह 10 बजे घर पर मिलते हैं, किसी भी मंत्री के घर पे चले जाइएगा 10 बजे आपको बिना अपॉइंटमेंट को मिलेंगे, मुख्यमंत्री भी मिलते हैं दफ्तर में, सारे मंत्री रोज जाते हैं, ऐसा नहीं है कि मंत्री रोज ना जाते हो। तो काम स्टार्ट किया है लोग, आम आदमियों को देखो मेरी शक्ल तो आज के, आप हो सकता है आपके टीवी चैनल से बहुत सारे लोग पहली बार देख रहे हो, नहीं बहुत सारे लोगों को पता ही है, परंतु मेरे को ना मंत्री बनने से पहले कोई नहीं जानता था, एक भी आदमी, मतलब मेरे को अगर 100 लोग जानते हैं उसमें से एक भी नहीं जानता होगा सत्येंद्र जैन कौन है। जब मैं मंत्री बना उसके बाद मेरे काम की वजह से पहचान हुई ना, हमारी कोई विरासत नहीं है कि उस विरासत से हम नेतागिरी करके आए कि मेरे पिताजी नेता थे मैं उनसे नेता बन गया। तो जनता को जो भी परफॉर्म करके दिखा रही है आम आदमी पार्टी, वो फर्स्ट टाइमर्स ज़्यादा करके दिखा रहे हैं, और वो ऐसे लोग करके दिखा रहे हैं कि जो आम आदमी अपने अपने फील्ड में कुछ काम किया उन्होंने जी। तो जनता का फीडबैक भी यही है, कहते हैं आप नेताओं के चक्रों में क्यों पड़ने जाओ, अरे भाई तुम आम आदमी को सामने रखो ना, तो मुझे लगता है वो कॉस्ट करेक्शन हमें करना होगा जी। तो कोशिश जी हूँ हो रही है, ये हो रही है कि नरेंद्र मोदी प्रधानमंत्री ना बने। कल मनीष सिसोदिया ने भी प्रेस कॉन्फ्रेंस की थी, वह कहते नरेंद्र मोदी तो अलावा किसी की भी सरकार बने तो असं समर्थन देवे। हाँ ये कांग्रेस नाल थोड़ी गल नहीं बनी समझौते की पार्लीमेंट च, पर जे कल जरूरत पवे कांग्रेस की सरकार बन रही हो तो भी 3-4 MP आ जाए फिर तुम कांग्रेस को सपोर्ट करोगे बिना मंगे? देखिएगा मोदी जी को तो नहीं करेंगे, और दिल्ली में हमारा मुद्दा है कि दिल्ली एक हाफ स्टेट है जिसकी वजह से हम करप्शन नहीं बंद कर पा रहे हैं वहाँ पे। सबसे बड़ा मुद्दा लोगों को डे टू डे दिक्कतें आती हैं जी, रिश्वतखोरी की, क्राइम भी है। कल परसों दिल्ली से एक बच्ची का दुर्भाग्यपूर्ण है, कोई देखने वाला नहीं। देश के अंदर अकेली पुलिस है जो प्रधानमंत्री के अंडर आती है, प्रधानमंत्री के पास समय है क्या? प्रधानमंत्री के पास समय है नहीं। अरे पुलिस को मुख्यमंत्री के अंडर करो ना, हम दिखाते हैं कैसे ठीक होता है, सब कुछ ठीक करके दिखाएंगे। दिल्ली में अगर जो भी पूर्ण राज्य को समर्थन करेगा उसको हम समर्थन करेंगे। चलो दिल्ली च पूर्ण राज थोड़ा विषय होगा, मैं पंजाब की पॉलिटिक्स फिर आना। केजरीवाल साहब ने लोगों को गिला भी है कि पार्लीमेंट दी चोणों तो बाद केजरीवाल साहब आए नहीं पंजाब, केजरीवाल साहब प्रभारी बनाया उन्होंने मनीष सिसोदिया भी, मनीष सिसोदिया भी घट आए। हुण जदों तुसीं पिंडां च जाने हो तो लोग नाराजगी प्रकट नहीं करते तुहाडे नाल कि केजरीवाल साहब तुसीं आए क्यों नहीं? देखिएगा मुझे ऐसा लगता है कि अरविंद जी आए तो सही पर वो प्रचार करके नहीं आए। क्या करना चाहिए था, जब भी आ रहे थे तो उनको सबको पब्लिसाइज करना चाहिए था। देखो जैसे मैंने पहले बताया, जब हार हुई तो बड़ी शॉकिंग थी सबके लिए, सबको लगता था, सारा मीडिया भी कहता था, सब लोग कहते 100 सीटें आएंगी, सीटें एकदम से इतनी कम हुई तो वो शॉक था। उस पीरियड में लगा कि भाई जनता शायद नाराज़ होगी, जनता के ज़्यादा प्रचार करके नहीं, अरविंद जी आते रहे बार बार आते रहे बट वो ज़्यादा प्रचार नहीं किया। परंतु पिछले एक साल से जब आ रहे हैं तो पब्लिक बहुत खुश है, मतलब उनके सामने जब गांव में भी जा रहे हैं, सब जगह जा रहे हैं, तो दे आर रिसीविंग वेरी वेल। और ऐसा नहीं है, हाँ ये जरूर है कि मीडिया ने हमें कवर करना काफ़ी कम कर दिया था उसके बाद। मीडिया बिल्कुल, मीडिया साढ़े मुल्क बहुत वक्री किस्म का मीडिया, मैं ये मानता कई बार, सो सारे हक है मीडिया अपनी अपनी गल कर, पर जिनी ज़्यादा गल निरपक्षता हो जाए वो चंगी गल है। साढ़े मुल्क इस बार
ਮੀਡੀਆ 'ਤੇ ਵੀ ਸਵਾਲ ਖੜ੍ਹੇ ਹੁੰਦੇ ਨੇ, ਇਹ 'ਚ ਕੋਈ ਦੋ ਨਹੀਂ। ਬਹੁਤ ਵੱਡਾ ਹਿੱਸਾ ਮੀਡੀਆ ਦਾ ਬਹੁਤ ਨਿਰਪੱਖਤਾ ਦੇ ਨਾਲ ਕੰਮ ਨਹੀਂ ਕਰ ਰਿਹਾ, ਔਰ ਸ਼ਾਇਦ ਇਹ ਵੀ ਸਾਡੇ ਲੋਕਤੰਤਰ ਲਈ ਬਹੁਤ ਮਾੜੀ ਗੱਲ ਹੈ। ਜਨ ਸਾਹਿਬ, ਦਿਨ ਕਿਉਂਕਿ 3 ਰਹਿ ਗਏ ਨੇ, 17 ਤਰੀਕ ਨੂੰ ਪ੍ਰਚਾਰ ਖਤਮ ਹੋ ਜਾਣਾ ਸ਼ਾਮ ਨੂੰ, ਅਤੇ 2 ਦਿਨ ਹੀ ਰਹਿ ਗਏ ਨੇ ਹੁਣ ਪ੍ਰਚਾਰ ਨੂੰ। ਇਹਨਾਂ 2 ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਔਰ ਤੁਸੀਂ ਸਾਰੇ ਲੋਕ ਕਿੱਥੇ ਤੱਕ ਲੈ ਜਾਓਗੇ ਪੰਜਾਬ 'ਚ ਆਮ ਆਦਮੀ ਪਾਰਟੀ? ਦੇਖੀਏ, ਹਮ ਜਨਤਾ ਕੇ ਪਾਸ ਜਾ ਰਹੇ ਹਾਂ, ਆਪਣੀ ਬਾਤ ਕੋ ਬਤਾ ਰਹੇ ਹੈਂ। ਉਨਸੇ ਹਮ ਕਹਿ ਰਹੇ ਹੈ ਕਿ ਦੇਖੀਏਗਾ, ਆਪਣੇ ਪਹਿਲੇ ਆਮ ਆਦਮੀ ਕੋ ਚੁਣਾ ਥਾ, ਉਸਨੇ ਆਪਕੋ ਨਿਰਾਸ਼ ਨਹੀਂ ਕੀਆ। ਭਗਵੰਤ ਮਾਨ ਦੇਸ਼ ਕੇ ਚੁਨਿੰਦਾ ਐਮਪੀਜ਼ ਮੇਂ ਸੇ ਏਕ ਹੈ, ਜਿਸਕੋ ਪੂਰਾ ਦੇਸ਼ ਨਹੀਂ ਸੰਸਾਰ ਜਾਣਤਾ ਹੈ, ਜੋ ਪਾਰਲੀਮੈਂਟ ਮੇਂ ਬੋਲਤੇ ਹੈਂ ਸੁਣਤੇ ਹੈਂ ਲੋਕ। ਪੰਜਾਬ ਕਾ ਨਾਮ ਰੋਸ਼ਨ ਕੀਆ, ਬਤਾਈਏ ਪੰਜਾਬ ਕਾ ਨਾਮ ਰੋਸ਼ਨ ਕਰਨੇ ਵਾਲਾ ਏਕ ਐਮਪੀ ਜੋ ਪਿਛਲੀ ਪਾਰਲੀਮੈਂਟ ਮੇਂ ਥਾ, ਕਿਸੇ ਪੁੱਛੋ ਆਪ ਪੂਰੇ ਪੰਜਾਬ ਮੇਂ, ਵੋ ਭਗਵੰਤ ਮਾਨ ਹੈ। ਨਹੀਂ, ਠੀਕ ਹੈ, ਭਗਵੰਤ ਮਾਨ ਨੇ ਪਾਰਲੀਮੈਂਟ 'ਚ ਚੰਗੀ ਗੱਲ ਕੀਤੀ, ਮੋਦੀ ਦੇ ਖਿਲਾਫ ਕਵਿਤਾਵਾਂ ਸੁਣਾਈਆਂ। ਅਰੇ ਸਰ, ਆਪਣੀ ਬਾਤ ਵਾਲੇ ਇਸ਼ੂ ਰੇਜ਼ ਕੀ ਹੈ, ਪਰ ਭਗਵੰਤ ਮਾਨ 'ਤੇ ਇੱਕ ਆਹ ਇਲਜ਼ਾਮ ਜ਼ਰੂਰ ਸਾਰੇ ਲਾਉਂਦੇ ਰਹੇ ਲੀਡਰ, ਕਿ ਭਗਵੰਤ ਮਾਨ ਬਹੁਤੇ ਲੀਡਰਾਂ ਤੋਂ ਖੁਸ਼ ਨਹੀਂ ਸੀ। ਕੀ ਇਸੇ ਕਰਕੇ ਪਾਰਟੀ ਦਾ ਨੁਕਸਾਨ ਤਾਂ ਨਹੀਂ ਹੋਇਆ ਕਿ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ 'ਤੇ ਅੰਨਾ ਭਰੋਸਾ? ਨਹੀਂ, ਦੇਖੀਏ, ਭਗਵੰਤ ਮਾਨ ਬਹੁਤ ਹੀ ਭਲੇ ਆਦਮੀ ਹੈ, ਬਹੁਤ ਹੀ ਬੜੀਆ ਆਦਮੀ ਹੈ। ਮੈਂ ਉਸੇ ਪਰਸਨਲੀ, ਹੀ ਇਜ਼ ਏ ਗੁੱਡ ਫਰੈਂਡ ਆਫ ਮਾਈਨ, ਬਹੁਤ ਅੱਛੇ ਇਨਸਾਨ ਹੈ। ਅਬ ਜਬ ਅੱਛਾਈ ਅੱਛਾਈ ਹੋਤੀ ਨਾ, ਥੋੜ੍ਹੇ ਸੀਧੇ ਹੈ, ਚਰੋਸੇ ਜ਼ਿਆਦਾ ਸੀਧੇ ਹੈ, ਤੋ ਲੋਕ ਉਨਕੋ ਨਾ ਬਟ ਟੇਕਨ ਐਜ਼ ਗ੍ਰਾਂਟਿਡ ਵੀ ਲੈ ਲੇਤੇ ਕਈ ਵਾਰੀ। ਤੋ ਸੀਧੇ ਹੈ, ਬਹੁਤ ਭਲੇ ਹੈ, ਬਹੁਤ ਅੱਛਾ ਕੰਮ ਕਰਤੇ ਹੈ। ਮੁਝੇ ਲਗਤਾ ਭਗਵੰਤ ਮਾਨ ਮੇਂ ਕਿਸੀ ਤਰ੍ਹਾਂ ਕੀ ਇਸ ਤਰ੍ਹਾਂ ਕੀ ਕੋਈ ਕਮੀ ਨਹੀਂ ਹੈ। ਹਾਂ, ਉਹ ਪੋਲੀਟਿਕਸ ਮੇਂ ਥੋੜ੍ਹਾ ਸਾ ਕਮਜ਼ੋਰ ਕਹਿ ਸਕਦੇ ਹੋ, ਕਿ ਰੋਜ਼ ਇਤਨੇ ਜ਼ਿਆਦਾ ਐਂਬੀਸ਼ੀਅਸ ਵੀ ਨਹੀਂ ਹੈ, ਕਿ ਜੈਸੇ ਹੋਤਾ ਨਾ ਹਮਾਰੇ ਯਹਾਂ ਲੋਕ ਆਏ ਕਿ ਵੀ ਆਪਣੇ ਇਸ ਪਦ ਕੇ ਲੀਏ ਮਰ ਰਹੇ ਹੈ, ਇਸ ਪਦ ਕੇ ਲਈ। ਉਹ ਕਹਿੰਦੇ ਨਹੀਂ, ਮੁਝੇ ਇੱਕ ਕਾਰਜਕਰਤਾ ਕਿਸੇ ਕੰਮ ਕਰਨਾ ਹੋਗਾ, ਮੈਂ ਕੰਮ ਕਰੂੰਗਾ। ਤੋ ਕਰ ਰਹੇ ਹਾਂ, ਐਂਡ ਹੀ ਇਜ਼ ਵਰਕਿੰਗ ਵੈਰੀ ਸੀਰੀਅਸਲੀ। ਚਲੋ, ਹੁਣ ਮੈਂ 2-4 ਚੀਜ਼ਾਂ ਇਹ ਪੁੱਛਣੀਆਂ ਚਾਹੂੰਗਾ। ਬਹੁਤ ਸਾਰੇ ਲੋਕ ਸਮਝਣਾ ਚਾਹੁੰਦੇ ਨੇ, ਦਿੱਲੀ 'ਚ ਤੁਸੀਂ ਹੈਲਥ ਦਾ ਮਾਡਲ ਹਰ ਜਗ੍ਹਾ ਪ੍ਰੈਜੈਂਟ ਕੀਤਾ ਜਾਂਦਾ, ਐਜੂਕੇਸ਼ਨ ਦਾ। 2-4 ਸ਼ਬਦਾਂ 'ਚ ਹੈਲਥ ਮਾਡਲ ਕੀ ਹੈ, ਕਿੰਨੇ ਕੁ ਤੁਸੀਂ ਕਲੀਨਿਕ ਬਣਾਤੇ, ਕਿਵੇਂ ਕੰਮ ਕਰਦੇ ਨੇ, ਕੀ ਪੰਜਾਬ 'ਚ ਸੰਭਵ ਹੈ, ਔਰ ਪੰਜਾਬ ਦੇ ਲੋਕ ਜਦੋਂ ਪਿੰਡਾਂ ਪੁੰਡਾਂ 'ਚ ਜਾਂਦੇ ਹੋ ਤੁਸੀਂ, ਜਾਂ ਤੁਹਾਨੂੰ ਫੀਡਬੈਕ ਆਉਂਦੀ ਹੈ, ਲੋਕਾਂ ਨੂੰ ਚੰਗਾ ਲੱਗਦਾ ਕਿ ਪੰਜਾਬ 'ਚ ਵੀ ਬਣਨਾ ਚਾਹੀਦਾ? ਦੇਖੀਏਗਾ, ਜੋ ਹੈਲਥ ਕਾ ਮਾਡਲ ਹੈ ਦਿੱਲੀ ਮੇਂ, ਬਿਲਕੁਲ ਸਿੰਪਲ ਸਾ ਮਾਡਲ ਹੈ। ਸਿੰਪਲ ਮਾਡਲ ਇਹ ਹੈ ਕਿ ਦਿੱਲੀ ਰਾਜ ਕੇ ਜਿੰਨੇ ਵੀ ਲੋਕ ਹੈ, ਹਮ ਸਭ ਕੋ ਹੈਲਥ ਸਰਵਿਸਿਸ ਸਰਕਾਰੀ ਦੇ ਸਕੇ। 2 ਤਰ੍ਹਾਂ ਕੀ ਸਰਵਿਸ ਹੋਤੀ ਹੈ, ਇੱਕ OPD, ਇੱਕ IPD। OPD ਕਾ ਮਤਲਬ ਜੋ ਡਾਕਟਰ ਕੇ ਪਾਸ ਜਾ ਕੇ ਦਿਖਾਏ, ਐਡਮਿਟ ਨਹੀਂ ਹੋਣਾ ਹੈ। IPD ਹੋਤਾ ਆਪਕੋ ਐਡਮਿਟ ਹੋਣਾ ਪੜੇ। ਜ਼ਿੰਦਗੀ ਕੇ ਅੰਦਰ, ਪੂਰੀ ਲਾਈਫ ਟਾਈਮ ਕੇ ਅੰਦਰ ਐਵਰੇਜ ਇੱਕ ਆਦਮੀ ਕੋ 3 ਸੇ 2 ਜਾਂ 3 ਵਾਰੀ ਐਡਮਿਟ ਹੋਣਾ ਤਾ ਐਵਰੇਜ। ਜੋ ਅਗਰ ਐਡਮਿਸ਼ਨ ਦਿਖਾਏਗੇ ਹਸਪਤਾਲ ਮੇਂ, 3 ਸੇ ਮੈਕਸੀਮਮ 5 ਟਾਈਮ ਪੂਰੇ ਜ਼ਿੰਦਗੀ ਮੇਂ। ਪਰੰਤੂ ਇੱਕ ਆਦਮੀ ਕੋ OPD ਕੇ ਲੀਏ ਇੱਕ ਸਾਲ ਮੇਂ ਐਵਰੇਜ 5 ਸੇ 10 ਵਾਰੀ ਜਾਣਾ ਹੋਤਾ ਹੈ। ਸਾਰੀ ਸਰਕਾਰੋਂ ਕਾ ਥੋੜ੍ਹਾ ਬਹੁਤ ਜੋ ਧਿਆਨ ਹੈ, ਥੋੜ੍ਹਾ ਬਹੁਤ, ਪੂਰਾ ਨਹੀਂ, ਥੋੜ੍ਹਾ ਬਹੁਤ ਜੋ ਧਿਆਨ ਹੈ, ਉਹ ਕਹਿੰਦੇ ਬਈ ਐਡਮਿਸ਼ਨ ਕੇ ਲਈ ਹਸਪਤਾਲ ਖੋਲ੍ਹ ਦਿਉ ਜੀ। ਅਬ ਹਸਪਤਾਲ ਖੁੱਲ੍ਹ ਗਿਆ, OPD ਵੀ ਵਹੀਂ ਕਰਦੀ। ਅਬ OPD ਲੈਣੇ ਕੇ ਲੀਏ ਆਪਕੋ 10 ਕਿਲੋਮੀਟਰ 20 ਕਿਲੋਮੀਟਰ ਹਸਪਤਾਲ ਜਾਣਾ ਪੜੇ। ਬੜੀ ਸਮੱਸਿਆ ਕਾ ਬਾਤ ਹੈ। ਹਮ ਦਿੱਲੀ ਮੇਂ ਮੁਹੱਲਾ ਕਲੀਨਿਕ, ਪਿੰਡ ਕਲੀਨਿਕ ਜਿਸੇ ਕਹਿ ਸਕਦੇ ਹੈ, ਖੋਲ੍ਹ ਰਹੇ ਹੈਂ, ਜਗ੍ਹਾ ਜਗ੍ਹਾ ਖੋਲ੍ਹ ਰਹੇ ਹੈਂ। 189 ਇਜ਼ ਆਲਰੇਡੀ ਵਰਕਿੰਗ, ਆਪਕੇ ਮੁਹੱਲੇ ਮੇਂ ਖੋਲ੍ਹ ਦਿਆ। ਅਬ ਜਾਈਏਗਾ, ਡਾਕਟਰ ਵਹਾਂ ਪੇ ਕੁਆਲੀਫਾਈਡ ਡਾਕਟਰ ਹੈ, ਸਾਰੀ ਦਵਾਈਆਂ ਮਿਲਤੀ ਹੈਂ, ਔਰ 212 ਟੈਸਟ, ਜੋ ਟੈਸਟ ਆਪਕੇ ਬੜੇ ਬੜੇ ਹਸਪਤਾਲੋਂ ਮੇਂ ਨਹੀਂ ਹੋਤੇ ਨਾ, ਜਿਨ ਟੈਸਟੋਂ ਕੇ ਲੀਏ ਆਪਕੋ ਲਾਈਨੋਂ ਮੇਂ ਲਗਨਾ ਪੜਤਾ ਹੈ, 10-10 ਦਿਨ ਵੇਟ ਕਰਨਾ ਪੜਤਾ ਹੈ, ਜਾਂ ਪ੍ਰਾਈਵੇਟ ਸੇ ਜਾ ਕੇ ਕਰਾਨੇ ਪੜਤੇ ਹੈਂ, ਸਾਰੇ ਟੈਸਟ ਮੁਫਤ ਮੇਂ ਹੋਤੇ ਹੈਂ, ਔਰ ਇਤਨਾ ਬੜੀਆ ਕੰਮ ਕਰ ਰਹੇ ਹੈਂ। 1 ਕਰੋੜ ਸੇ ਜ਼ਿਆਦਾ ਲੋਕੋਂ ਕੋ ਹਮ ਦੇਖ ਚੁੱਕੇ ਹੈਂ ਉਸਕੇ ਅੰਦਰ, 1 ਕਰੋੜ ਸੇ ਜ਼ਿਆਦਾ OPD ਕਰ ਚੁੱਕੇ ਹੈਂ। 1000 ਮੁਹੱਲਾ ਕਲੀਨਿਕ, ਬਿਲਕੁਲ ਬਿਲਕੁਲ, ਸਭ ਕੁਝ ਪਰਚੀ ਨਹੀਂ, 5-10 ਰੁਪਏ ਵਾਲੀ ਨਹੀਂ ਜੀ, 1 ਰੁਪਏ ਕੀ ਵੀ ਨਹੀਂ ਹੈ, ਕੋਈ ਪਰਚੀ ਨਹੀਂ ਹੈ, ਕੋਈ ਕੈਸ਼ ਕਾਊਂਟਰ ਹੈ ਹੀ ਨਹੀਂ ਹਮਾਰੇ ਪਾਸ। ਐਕਸਰੇ ਵੀ ਔਰ ਅਲਟਰਾਸਾਊਂਡ ਵੀ ਅਗਰ ਕਰਾਉਣਾ ਹੋ ਤਾਂ ਡਾਕਟਰ ਲਿਖ ਦਿੱਤਾ, ਪ੍ਰਾਈਵੇਟ ਸੇ ਜਾ ਕੇ ਕਰਾਇਓ ਫ੍ਰੀ ਮੇਂ, ਮਤਲਬ ਇਹ ਨਹੀਂ ਇੱਕ ਪੈਸਾ ਲੱਗੇਗਾ, ਕੋਈ ਵੀ ਹੋ ਉਸਕਾ ਐਕਸਰੇ ਅਲਟਰਾਸਾਊਂਡ ਕਰਾਉਣਾ ਪੜੇ, ਉਹ ਵੀ ਫ੍ਰੀ ਹੋਏਗਾ, ਬਿਲਕੁਲ ਫ੍ਰੀ ਹੋਤਾ ਹੈ ਸਰ, ਬਿਲਕੁਲ ਫ੍ਰੀ ਕਰਾ ਰਹੇ ਹੈ। ਤੋ OPD ਕੇ ਲਈ ਹਮਨੇ ਮੁਹੱਲਾ ਕਲੀਨਿਕ ਕਾ ਕਨਸੈਪਟ ਲਿਆ ਹੈ, ਔਰ ਦਿੱਲੀ ਮੇਂ ਅਗਰ ਕੈਂਸਰ ਦਾ ਟੈਸਟ ਕਿਸੇ ਦਾ, ਕੈਂਸਰ ਕਾ ਟੈਸਟ ਮੁਹੱਲਾ ਕਲੀਨਿਕ ਮੇਂ ਨਹੀਂ ਹੋਗਾ, ਨਹੀਂ ਹੋਗਾ,
परंतु उसके लिए हमारे जो अस्पताल हैं वहाँ पे जाएंगे आप, अस्पताल में जाके हो जाएगा। दिल्ली में हमारे 2-3 अस्पतालों में कैंसर का इलाज होता है, वो भी फ्री में। बिल्कुल, दिल्ली सरकार के सरकारी अस्पतालों के अंदर सारी दवाइयाँ मुफ्त हैं। देश के अंदर अकेली सरकार है जिसके अस्पतालों में दवाइयाँ मुफ्त मिलती हैं, बाकी जगह मिलती नहीं है, कहते हैं सारी दवाइयाँ मिलती हैं, सारे टेस्ट मुफ्त हैं, सारी दवाइयाँ मुफ्त हैं, कैंसर का ट्रीटमेंट भी सारा जो दिल्ली का रेजिडेंट सारा सबके लिए है जी, दिल्ली का नहीं है, पूरे देश का कोई भी वहाँ तक जाए, अब पंजाब से भी कोई जाएगा तो उसका मुफ्त में इलाज होता है, बट यहाँ से अस्पताल में दिल्ली सरकार के अस्पताल में बिल्कुल मुफ्त होता है। हाँ, ये बात अलग है कि भाई पंजाब से दिल्ली जाना और आना ये अपने आप में कितना बड़ा मुश्किल काम है, तो पंजाब के लोगों की हेल्थ के लिए तो पंजाब में अस्पताल खुलना चाहिए। अब यहाँ से कहते हैं आप 500 किलोमीटर जाएंगे 500 आएंगे, अगर आपके आने जाने में 10,000 रुपये लग गए, 5,000 रुपये लग गए, मरीज को एम्बुलेंस में लेके गए आए, वो तो पॉसिबल नहीं है ना। नहीं, तो दिल्ली के अंदर हमारे अस्पतालों में कैश काउंटर नहीं है और सब कुछ हम मुफ्त में करते हैं, इतना बड़ा रिफॉर्म हमने कर दिया है। मैं आपको बताना चाहता हूँ, अगर MRI जैसे टेस्ट जी जो बहुत महंगे टेस्ट होते हैं, अगर डेवलप कंट्रीज़ में आप देख रहे होंगे MRI बहुत आसान नहीं होता, कितना महंगा होता है, MRI भी दिल्ली सरकार के अस्पताल में आप जाइएगा डॉक्टर लिख देंगे तो आप प्राइवेट में उसी दिन करा के आइए बिल्कुल फ्री। और दिल्ली में 1,00,000 लोगों के हम ये टेस्ट करा चुके हैं, 1,00,000 लोगों के। दिल्ली की सड़कों पे किसी का एक्सीडेंट हो जाता है, कोई भी आदमी है दिल्ली की सड़क के ऊपर एक्सीडेंट होता है, दिल्ली का रेजिडेंट है, दिल्ली से बाहर का है, विदेशी है, कोई भी हो, अगर उसको प्राइवेट अस्पताल में भी लेके जाते हैं 10,00,000 रुपये खर्च होते हैं, 20,00,000 रुपये खर्च करते हैं, पूरा सरकार खर्चा देती है, पूरा का पूरा सरकार देती है पैसा, एक भी पैसा उसका नहीं लगता है। और जो लेके जाता है, अगर कोई ऑटो वाला लेके गया, कोई टैक्सी वाला लेके गया, उसको 2,000 रुपये का इनाम भी देते हैं। अच्छा, उन्होंने इनाम देते हैं जी, ये हमने कर दिए हैं। मोदी साहब कहते हैं आयुष्मान जड़ी हेल्थ साड़ी स्कीम है वो फ्रॉड फ्रॉड फ्रॉड, उसमें और इसमें फ़र्क क्या है? बिल्कुल फ्रॉड है, क्लियर फ्रॉड है। मैं आपको बताता हूँ आयुष्मान भारत कैसे है। आपने पहले ढूंढ के आओ कि जी जिसको आयुष्मान भारत से बेनिफिट मिला हो, पंजाब के अंदर आप 100 बंदे ढूंढो। आप ऐसा करो आज कैमरा लेके निकलना कि जी आयुष्मान भारत से आपको फ़ायदा मिला, आपको इलाज हुआ, आप मेरे दिल्ली में आ जाओ, मेरे एक अस्पताल में आ जाइएगा, आपको 50% पेशेंट LNJP में आइएगा, मोर देन 50% पेशेंट्स हरियाणा पंजाब UP अलग अलग राज्यों के हैं, वहाँ पे आयुष्मान भारत लागू है। उनसे पूछो भाई तुम वहाँ पे क्यों नहीं इलाज करा लेते, कहते सर तो जुमला है उसमें इलाज थोड़ा होता है। दूसरी बात, आयुष्मान भारत के अंदर सिर्फ उन लोगों के आते हैं जिनकी इनकम 48,000 रुपीज़ है, महीने की नहीं साल की 48,000 कमाने वाले ढूंढ के कहाँ से लाओगे आप? झूठी बोलना पड़ेगा जी मैं तो 4,000 रुपये महीना कमाता हूँ। अरे भाई अगर आपने इंश्योरेंस लानी थी सबके लिए लेके आते हैं ना, ये क्या मतलब हुआ कि जी हम सिर्फ 10% पॉपुलेशन का इलाज करेंगे और उसके ऊपर विज्ञापन पे ज़्यादा पैसा खर्च करेंगे, पॉलिसी पे कम खर्च करेंगे, उससे भी बड़ा फ्रॉड। सरकारी अस्पताल में इसको लागू कर दिया। अरे भाई दिल्ली सरकार के सरकारी अस्पताल में आप जाइएगा, कोई भी जाए ना, गरीब है अमीर है, दिल्ली का है दिल्ली से बाहर का, सबका इलाज करते हैं हम। आप आयुष्मान भारत की पॉलिसी लेके BJP के सरकार के अस्पताल में जाइएगा, वो कहेंगे बस आयुष्मान भारत वाले का करें बाकी का नहीं करेंगे, ये क्या मतलब हुआ यार? और वही पैसा सरकार दे रही है पहले इंश्योरेंस कंपनी को, इंश्योरेंस कंपनी अपना कमीशन खा रही है फिर उसको सरकार को दे रही है। सर इसमें फ्रॉड होंगे, झूठे बिल बनेंगे, और ये जैसे अमेरिका के अंदर इन्होंने बेड़ा गर्क किया ना हेल्थ का, अमेरिका के अंदर GDP का 2.5% सिर्फ बिलिंग में खर्च होता है जी, और हिंदुस्तान के अंदर GDP का 1.5% हेल्थ पे खर्च होता है। तो ये ले जाना कहाँ चाहते हैं, ये बड़ी बड़ी कंपनियों को थोड़े दिनों के अंदर सब कुछ हैंडओवर कर देंगे पूरे सिस्टम को। ये आप आयुष्मान भारत का आपने TV में अखबारों में होर्डिंग्स के अलावा क्या देखा?
ਆਪ ਤਾਂ ਪੱਤਰਕਾਰ ਹੈ ਜੀ। ਨਹੀਂ ਚਲੋ ਠੀਕ ਹੈ, ਮੈਂ ਤੁਹਾਡਾ ਵਿਊ ਪੁਆਇੰਟ ਲੈਣਾ ਚਾਹੁੰਦਾ ਸੀ। ਹੁਣ ਐਜੂਕੇਸ਼ਨ 'ਤੇ ਥੋੜ੍ਹਾ ਜਿਹਾ ਦੱਸ ਦਿਓ, ਮੁਹੱਲਾ ਕਲੀਨਿਕ ਪੰਜਾਬ 'ਚ ਬਣ ਸਕਦੇ ਨੇ? ਹਰ ਗਾਓਂ ਕੇ ਅੰਦਰ, ਹਰ ਗਾਓਂ ਕੇ ਅੰਦਰ ਇੱਕ ਮੁਹੱਲਾ ਕਲੀਨਿਕ ਬਣ ਸਕਤਾ ਹੈ, ਪਿੰਡ ਕਲੀਨਿਕ ਕੇ ਨਾਮ ਸੇ। ਐਮ ਪੀ ਵੀ ਬਣਾ ਸਕਦੇ ਹੋ ਤੁਹਾਡੇ ਮੁਹੱਲਾ ਕਲੀਨਿਕ? ਨਹੀਂ, ਉਸਕੋ ਚਲਾ ਨਹੀਂ ਸਕਤੇ, ਨਹੀਂ ਚਲਾ ਸਕਦੇ। ਕਿਉਂ ਨਹੀਂ ਚਲਾ ਸਕਦੇ? ਕਿਉਂਕਿ ਬਣਾਉਣਾ ਤਾਂ ਆਸਾਨ ਹੈ, ਬਣਾ ਤਾਂ ਦੇਂਗੇ, ਬਟ ਉਸਕੋ ਰਨਿੰਗ ਕਿ ਵਹਾਂ ਪੇ ਡਾਕਟਰ ਚਾਹੀਏ, ਉੱਥੇ ਗਵਰਨਮੈਂਟ ਦੀ ਫੰਕਸ਼ਨ ਚਾਹੀਏ, ਦਵਾਈਆਂ ਚਾਹੀਏ, ਟੈਸਟ ਚਾਹੀਏ, ਉਹ ਪੋਸੀਬਲ ਨਹੀਂ ਹੈ। ਉਹ ਤਾਂ ਸਰਕਾਰ ਕੋਈ ਚਲਾਉਣਾ ਹੈ, ਪਰ ਮੇਰੇ ਕੋਲ ਦੁਰਭਾਗਿਆ ਇਸ ਬਾਤ ਕਾ ਹੈ, ਅਰੇ ਬਈ ਦੇਸ਼ ਕੀ ਕਈ ਸਰਕਾਰਾਂ ਬਣਾ ਰਹੀ ਹੈ, ਭਾਈ ਮੁਹੱਲਾ ਕਲੀਨਿਕ ਨਾਮ ਮਤ ਰੱਖੋ, ਨਾਮ ਕੁਛ ਚੇਂਜ ਕਰ ਲਓ, ਆਪ ਵੀ ਬਣਾ ਲਓ ਨਾ। ਆਪਕੋ ਰੋਕਾ ਕਿਸਨੇ ਹੈ? ਹਮ ਤਾਂ ਸਭ ਕੋ ਕਹਿ ਰਹੇ ਹਾਂ ਬਈ ਬਣਾਈਏ। ਦਿੱਲੀ ਕੇ ਅੰਦਰ ਜੋ ਵੀ ਕੁਛ ਹਮ ਕਰ ਰਹੇ ਹੈ, ਦਿੱਲੀ ਕੇ ਅੰਦਰ ਹਮ ਸਿਰਫ ਲੋਗੋ ਕੋ ਇੱਕ ਐਗਜ਼ਾਮਪਲ ਕ੍ਰੀਏਟ ਕਰ ਰਹੇ ਹੈ ਕਿ ਇਸ ਤਰ੍ਹਾਂ ਸੇ ਕੀਆ ਜਾ ਸਕਤਾ ਹੈ। ਐਕਸੀਡੈਂਟ ਕੇ ਬਾਰੇ ਮੇਂ ਦੇਖੀਏਗਾ, ਅਗਰ ਕਿਸੀ ਕਾ ਐਕਸੀਡੈਂਟ ਹੋਤਾ ਹੈ, ਦਿੱਲੀ ਸਰਕਾਰ ਇਲਾਜ ਕਰਾ ਸਕਤੀ ਹੈ, ਤਾਂ ਆਪ ਵੀ ਕਰਾ ਸਕਤੇ ਹੋ ਨਾ। ਵਾਈ ਨੋਟ ਸਾਰੀ ਗਵਰਨਮੈਂਟ ਕਿਉਂ ਨਹੀਂ ਕਰਾ ਸਕਤੀ? ਸਕੂਲ ਬਣ ਸਕਦੇ ਨੇ ਜਿਹੋ ਜਿਹੇ ਦਿੱਲੀ 'ਚ, ਦਿੱਲੀ ਸਕੂਲ ਤੁਸੀਂ ਚੰਗੇ ਬਣਾਏ। ਦਿੱਲੀ ਕੇ ਅੰਦਰ ਜੋ ਸਕੂਲ ਹੈ, ਦੇਸ਼ ਕੇ ਅੰਦਰ ਸਭ ਸੇ ਜ਼ਿਆਦਾ ਸਕੂਲੋਂ ਮੇਂ ਦਿੱਲੀ ਮੇਂ ਕਾਮ ਹੋ ਰਹਾ ਹੈ। ਹਮ ਆਪਣੇ ਬਜਟ ਕਾ 25% ਪੈਸਾ ਸਿਰਫ ਸਕੂਲੋਂ ਪੇ ਲਗਾ ਰਹੇ ਹੈ, 25%। ਹਮਾਰੇ ਸਕੂਲੋਂ ਕੋ ਆਪ ਦੇਖੀਏ, ਪ੍ਰਾਈਵੇਟ ਸੇ ਅੱਛੇ ਹੈ, ਪਿਛਲੇ ਲਗਾਤਾਰ 3 ਸਾਲੋਂ ਸੇ ਪ੍ਰਾਈਵੇਟ ਸਕੂਲੋਂ ਸੇ ਜ਼ਿਆਦਾ ਅੱਛਾ ਰਿਜ਼ਲਟ ਆ ਰਹਾ ਹੈ। 3 ਸਾਲ ਹੋ ਗਏ ਹੈ ਲਗਾਤਾਰ, ਇਸ ਸਾਲ 12% ਪ੍ਰਾਈਵੇਟ ਸੇ ਬੈਟਰ ਰਿਜ਼ਲਟ ਹੈ। ਹਮਾਰਾ ਰਿਜ਼ਲਟ 94%, ਪ੍ਰਾਈਵੇਟ ਕਾ 82%। 3 ਸਾਲ ਲਗਾਤਾਰ ਹੋ ਗਏ, ਪ੍ਰਾਈਵੇਟ ਸੇ ਅੱਛਾ ਰਿਜ਼ਲਟ ਆ ਰਿਹਾ, ਐਸਾ ਕਭੀ ਹੁਆ ਨਹੀਂ ਥਾ ਅੱਜ ਤੱਕ ਹਿਸਟਰੀ ਮੇਂ ਨਹੀਂ। ਚਲੋ, ਪਾਰਲੀਮੈਂਟ ਦੇ ਵਿੱਚ ਰਿਜ਼ਲਟ ਕੁਝ ਵੀ ਹੋਵੇ, ਆਮ ਆਦਮੀ ਪਾਰਟੀ ਹਥਿਆਰ ਤਾਂ ਨਹੀਂ ਛੁੱਟਦੀ, 2022 ਦੀ ਲੜਾਈ ਲੜੋਗੇ? ਦੇਖੀਏਗਾ, ਹਮ ਤਾਂ ਲੜਨੇ ਕੇ ਲਈ ਵੈਸੇ ਫੇਮਸ ਹੈ, ਸੁਬਹੇ ਉੱਠਤੇ ਲੜਾਈ ਚਾਲੂ ਹੋ ਜਾਂਦੀ ਹੈ, ਔਰ ਰਾਤ ਤੱਕ ਲੜਦੇ ਰਹਿੰਦੇ ਹੈ, ਔਰ ਲੜਤੇ ਆਪਣੇ ਲਈ ਨਹੀਂ ਹੈ, ਮੁੱਦੇ ਕੇ ਲਈ ਲੜਤੇ ਹੈ। ਜੋ ਮੁੱਦਾ ਲੈ ਲਿਆ ਉਸ ਮੁੱਦੇ ਸੇ ਪਿੱਛੇ ਬਿਲਕੁਲ ਨਹੀਂ ਹਟੇਂਗੇ, ਔਰ ਮੈਂ ਆਪਕੋ ਇਹ ਅਸ਼ੋਰ ਕਰਨਾ ਚਾਹਤਾ ਹੂੰ, ਪੰਜਾਬ ਕੇ ਅੰਦਰ ਹਮ ਡਟੇ ਰਹੇਂਗੇ, ਦਿੱਲੀ ਔਰ ਪੰਜਾਬ ਔਰ ਹਰਿਆਣਾ, ਇਹ ਹਮਨੇ 3 ਰਾਜਿਓ ਕੋ ਸਿਲੈਕਟ ਕੀਆ ਹੁਆ ਹੈ, ਤੀਨੋ ਸਿਲੈਕਟਡ ਰਾਜਿਓ ਪੇ ਹਮ ਕਾਮ ਕਰ ਰਹੇ ਹੈ। ਪਹਿਲੇ ਗਲਤੀਆਂ ਹੋਈ, ਪਰ ਪੂਰੇ ਦੇਸ਼ ਕੇ ਅੰਦਰ ਹਮ ਜਾ ਰਹੇ ਥੇ, ਅਬ ਹਮਨੇ ਆਪਣੇ ਕੋ ਰੈਸਟ੍ਰਿਕਟ ਕੀਆ ਹੈ, ਦਿੱਲੀ ਹਰਿਆਣਾ ਪੰਜਾਬ, ਕਿ ਹਮ 3 ਹੀ ਰਾਜਿਓ ਤੱਕ ਸੀਮਿਤ ਰਹਿ ਕੇ ਯਹਾਂ ਪੇ ਕਾਮ ਕਰਕੇ ਦਿਖਾਏਂਗੇ। ਦਰਅਸਲ ਕਿਹਾ ਕਿ ਦਿੱਲੀ ਮੇਂ ਵੀ ਸੀਮਿਤ ਰਹਿ ਸਕਤੇ ਥੇ, ਹਮ ਉਸੇ ਵੀ ਐਗਜ਼ਾਮਪਲ ਕ੍ਰੀਏਟ ਕਰਦੇ, ਪਰ ਦਿੱਲੀ ਪੂਰਨ ਰਾਜ ਨਹੀਂ ਹੈ। ਦਿੱਲੀ ਪੂਰਨ ਰਾਜ ਨਹੀਂ ਹੈ ਤਾਂ ਦੇਸ਼ ਕੇ ਅੰਦਰ ਆਪ ਜਬ ਤੱਕ ਪੁਲਿਸ ਆਪਕੇ ਅੰਡਰ ਨਹੀਂ ਹੈ, ਆਪ ਸੁਰੱਖਿਆ ਕੈਸੇ ਕਰ ਸਕਤੇ ਹੈ ਲੋਗੋ ਕੀ? ਅਰੇ ਬਈ ਇੱਕ ਪੂਰਨ ਰਾਜ ਹਮੇਂ ਮਿਲ ਜਾਤਾ ਹੈ ਤਾਂ ਹਮ ਦਿਖਾਏਂਗੇ ਸੁਰੱਖਿਆ ਕੈਸੀ ਹੋਤੀ ਹੈ। ਆਜ ਹਮਾਰੇ ਦੇਸ਼ ਕੇ ਅੰਦਰ ਸ਼ਹਿਰੋਂ ਕੇ ਅੰਦਰ ਲੜਕੀਆਂ ਅਕੇਲੇ ਰਾਤ ਕੋ 11-12 ਵਜੇ ਘਰ ਪੇ ਨਹੀਂ ਆ ਸਕਤੀ। ਵਹੀ ਬੇਟੀ ਹਮਾਰੀ ਅਗਰ ਸਿੰਗਾਪੁਰ ਮੇਂ ਹੈ, ਲੰਡਨ ਮੇਂ ਹੈ, ਕੋਈ ਡਰ ਨਹੀਂ ਲੱਗਤਾ, ਰਾਤ ਕੋ 2 ਵਜੇ ਵੀ ਆਏ, ਕੋਈ ਦਿੱਕਤ ਨਹੀਂ ਹੈ, ਤਾਂ ਵਹਾਂ ਹੋ ਸਕਤਾ, ਯਹਾਂ ਕਿਉਂ ਨਹੀਂ ਹੋ ਸਕਤਾ? ਪੋਸੀਬਲ ਹੈ ਨਾ, ਇਹ ਸਿਰਫ ਇੰਟੈਂਟ ਕੀ ਜ਼ਰੂਰਤ ਹੈ, ਇੰਟੈਂਟ ਹੋਗਾ ਤਾਂ ਕਰਕੇ ਦਿਖਾ। ਹਮੇ ਲੋਗੋ ਕੋ ਕਰਕੇ ਦਿਖਾ। ਦੇਖੋ, ਜਬ ਸ਼ਿਪ ਹੋਤੇ ਨਾ, ਬਹੁਤ ਸਾਰੇ ਸ਼ਿਪਸ ਆ ਰਹੇ ਹੋਤੇ ਹੈ, ਉਨਕੋ ਦੀਏ ਸੇ ਰਾਸਤਾ ਨਹੀਂ ਦਿਖਾਇਆ ਜਾਤਾ, ਇੱਕ ਲਾਈਟ ਹਾਊਸ ਚਾਹੀਏ ਹੋਤਾ ਹੈ, ਤੋ ਹਮੇ ਇੱਕ ਲਾਈਟ ਹਾਊਸ ਬਣਾ ਕੇ ਦਿਖਾਉਣਾ ਹੈ ਕਿ ਹਾਂਜੀ ਦੇਖੋ ਇਸ ਤਰ੍ਹਾਂ ਸੇ ਐਡਮਿਸ਼ਨ ਚਲਤਾ ਹੈ, ਇਸ ਤਰ੍ਹਾਂ ਸੇ ਸਰਕਾਰ ਚਲਤੀ ਹੈ, ਆਜ਼ਾਦੀ ਤਾਂ ਹੋ ਗਈ, ਇਸ ਆਜ਼ਾਦੀ ਕੇ ਮਾਇਨੇ ਕਿਆ ਹੈ। ਲੋਗੋ ਕੋ ਲਗਤਾ ਹੈ ਕਿ ਵੋ ਦੇਸ਼ ਅਲੱਗ ਥੇ, ਉਨਕੋ ਲਗਤਾ ਅਮਰੀਕਾ ਕੁਛ ਅਲੱਗ ਹੈ, ਬ੍ਰਿਟੇਨ ਕੁਛ ਅਲੱਗ ਹੈ, ਕੁਛ ਵੀ ਅਲੱਗ ਨਹੀਂ ਹੈ। ਅਰੇ ਬਈ ਉਨਕੀ ਸਰਕਾਰੋਂ ਨੇ ਆਜ ਸੇ ਕੁਛ ਸਾਲ ਪਹਿਲੇ ਕੁਛ ਐਸਾ ਅਲੱਗ ਕਾਮ ਕੀਆ ਜੋ ਹਮਾਰੇ ਦੇਸ਼ ਕੀ ਸਰਕਾਰੇ ਨਹੀਂ ਕਰ ਰਹੀ ਹੈ। ਯਹਾਂ ਪਰ ਨੇਤਾ ਜੋ ਹੈ ਨਾ ਪ੍ਰੋਫੈਸ਼ਨਲਸ ਹੈ। ਬਿਲਕੁਲ, ਮੈਂ ਅਕਸਰ ਇਹ ਜ਼ਿਕਰ ਕਰਦਾ ਹੁੰਦਾ ਕਿ ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ ਉਹ ਪੇਸ਼ੇਵਰ ਨੇ, ਕਿਉਂਕਿ ਉਹਨਾਂ ਨੂੰ ਤਨਖਾਹ ਮਿਲਦੀ ਹੈ, ਭਾਵੇਂ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਫਾਰਮ ਹੈ ਕਾਗਜ਼ ਭਰਨ ਵੇਲੇ ਉਹਦੇ 'ਚ ਮੈਨਸ਼ਨ ਨਹੀਂ ਹੁੰਦਾ, ਪਰ ਅਸੀਂ ਜ਼ਰੂਰ ਇਲੈਕਸ਼ਨ ਕਮਿਸ਼ਨ ਤੱਕ ਗੱਲ ਕੀਤੀ ਹੈ ਕਿ ਜਿੰਨੇ ਵੀ ਸਾਡੇ ਪੋਲੀਟੀਕਲ ਲੀਡਰ ਨੇ, ਐਮ ਪੀ ਜਾਂ ਐਮ ਐਲ ਏਜ਼ ਨੇ, ਉਹਨਾਂ ਨੂੰ ਪ੍ਰੋਫੈਸ਼ਨਲ ਲੋਕਾਂ ਦੀ ਕੈਟਾਗਰੀ 'ਚ ਪਾਓ, ਔਰ ਪੋਲੀਟਿਕਸ ਨੂੰ ਵੀ ਇੱਕ ਪ੍ਰੋਫੈਸ਼ਨ ਦੇ ਤੌਰ 'ਤੇ ਉੱਤੇ ਬਣੋ, ਕਿਉਂਕਿ ਤਨਖਾਹ ਮਿਲਦੀ ਤੁਹਾਨੂੰ। ਉਲਟਾ ਕਹਿ ਰਹੇ ਹਾਂ ਆਪ ਜੀ, ਮੇਰਾ ਇਹ ਕਹਿਣਾ ਹੈ ਕਿ ਪ੍ਰੋਫੈਸ਼ਨ ਜੋ ਹੁੰਦਾ ਨਾ, ਦੇਖੋ ਇੱਕ ਡਾਕਟਰ ਹੈ, ਉਸਕਾ ਪ੍ਰੋਫੈਸ਼ਨ ਹੈ, ਇੱਕ ਇੰਜੀਨੀਅਰ ਉਸਕਾ ਪ੍ਰੋਫੈਸ਼ਨ ਹੈ, ਇੱਕ ਜੋ ਵੀ ਕੋਈ ਕੰਮ ਕਰ ਰਿਹਾ ਆਪ ਹੈ, ਆਪਕਾ ਪ੍ਰੋਫੈਸ਼ਨ ਹੈ, ਇਸ ਸੇ ਆਪ ਇਨਕਮ ਕਰਤੇ ਹੈ। ਅਗਰ ਪੋਲੀਟਿਕਸ ਸੇ ਇਨਕਮ ਕਰਨੇ ਲਗੇ ਨਾ, ਧੰਦਾ ਕਹਤੇ ਹੈ ਪ੍ਰੋਫੈਸ਼ਨ ਕੋ ਹਿੰਦੀ ਮੇਂ, ਪੋਲੀਟਿਕਸ ਤਨਖਾਹ ਮਿਲ ਰਹੀ ਹੈ ਸਰ ਜੀ, ਧੰਦਾ ਨਹੀਂ, ਧੰਦਾ ਬਣਾ ਦਿਆ ਲੋਕਾਂ ਨੇ,
तनख्वाह क्या है? पिटेंस है, वो तो एक घंटे की कमाई नहीं है जितनी तनख्वाह मिलती है। सर तनख्वाह किसको चाहिए? हजारों करोड़ साइकिल पे चलने वाले, आपने लिस्ट करिएगा। आप ऐसा करो कि ऐसे पॉलिटिशियंस की लिस्ट बनाइएगा जो पंजाब के अंदर रहते हैं और जो हज़ार करोड़ से ऊपर है। हज़ार करोड़ से नीचे वालों को छोड़ दो, आप लिस्ट नहीं बना पाएंगे कितने बने मिलेंगे। और जो साइकिल पे चलते थे ये भी लिख लो कि जी उन्हीं के बनाएंगे जो 10 साल पहले साइकिल पे थे। एक एक हज़ार करोड़ कमा लिया उन्होंने। इस देश के अंदर लिस्ट बनाइएगा 10,000 करोड़ से ऊपर कितने पॉलिटिशियंस हैं। इस दोस्त गरीब देश है, इस देश गरीब देश के अंदर 10,000 करोड़ रुपये कमा लेते हैं इन पॉलिटिशियन ने, धंधा बना लिया है, ये बेच बोली लगा रहे हैं इस देश की। हम लोगों को एग्जाम्पल क्रिएट करके दिखाना चाहते हैं और कर रहे हैं जी, कि इस देश के अंदर भी चेंज हो सकता है जब आम आदमी सामने आएगा। आम आदमी क्या है? डरता है, कोई भी नहीं चाहता कि मेरा बच्चा, अब देखिए आपके बच्चा हो कि इलेक्शन लड़ो। एक सवाल मैं होर करूँगा जी, दिल्ली नू पूर्ण सूबे का दर्जा जो नहीं मिलता तो 2022 अरविंद केजरीवाल तैयार होंगे कि मैं पंजाब का मुख्यमंत्री बनूंगा? देखिए ये हाइपोथेटिकल क्वेश्चन है। हमने कहा है कि दिल्ली को हम पूर्ण राज्य अगले 2 साल में दिलवा देंगे, उसकी लड़ाई हम लड़ेंगे और 2 साल 22 से पहले हो जाएगा तो पूर्ण राज्य हम बनवा देंगे उसको। चलो बहुत बहुत धन्यवाद जैन साहब, थैंक यू। बहुत खास वक्त जैन साहब ने कढ़िया। सो लड़ाई दिल्ली के पूर्ण सूबे की है, सो वेखते हैं कि केंद्र च सरकार कि आँदी है, क्योंकि आम आदमी पार्टी की लड़ाई होनी कि है, ये गल्ला बहुत मायने रखदियां ने। पर 23 मई में जो नतीजे आने ने, आम आदमी पार्टी कॉन्फिडेंट है कि असं दिल्ली 3-4 सीटा लै जाएंगे, और जो दिल्ली 3-4 सीटा आम आदमी पार्टी लै जाती है तो मेरा यह मानना है कि उत्तर भारत के आम आदमी पार्टी का जिहड़ा जिहड़ी उहदी सियासी होंद है ते सोच है ते मुकाबला है वह बरकरार रहेगा। और जे प्रधान भगवंत मान पंजाब चो जितदा है फिर जरूर आम आदमी पार्टी मुकाबले की स्थिति रहेगी। जे आम आदमी पार्टी कोई भी सीट पंजाब च ना जित सकी फिर अरविंद केजरीवाल नूं नवें सिरे तो पग बन के पंजाब च आउणा पऊगा, फिर ही गल बनूगी। बहुत बहुत धन्यवाद जी, साडियां शुभेच्छावां। थैंक यू।